ਆਪਾਂ ਸਾਰੇ ਜੀਵਨ ਦੀ ਦੌੜ ਦੇ ਵਿੱਚ ਦੌੜਤਾ ਰਹੇ ਆ ਪਰ ਆਪਾਂ ਦੌੜ ਗਲਤ ਡਾਇਰੈਕਸ਼ਨ ਦੇ ਵਿੱਚ ਰਹੇ ਆ ਆਪਾਂ ਦੌੜ ਰਹੇ ਆ ਰਧੀਆਂ ਸਦੀਆਂ ਵੱਲ ਦੁਨਿਆਵੀ ਪਦਾਰਥਾਂ ਵੱਲ ਭਾਵੇਂ ਕੋਈ ਬੱਚਾ ਹੈ ਕੋਈ ਜਵਾਨ ਹੈ ਕੋਈ ਬਜ਼ੁਰਗ ਹੈ ਹਰ ਕਿਸੇ ਦੀ ਜਿਹੜੀ ਅੰਦਰ ਦੀ ਤ੍ਰਿਸ਼ਨਾ ਦੀ ਅੱਗ ਹੈ ਨਾ ਉਹ ਉਸ ਨੂੰ ਉਸ ਪਾਸੇ ਧੜਾਈ ਚੱਲੀ ਜਾ ਰਹੀ ਹੈ ਧੜਾਈ ਚੱਲੀ ਜਾ ਰਹੀ ਹੈ ਤੇ ਆਪਾਂ ਦੌੜੀ ਜਾ ਰਹੇ ਆ ਜਦਕੀ ਅਸਲ ਦੇ ਵਿੱਚ ਦੌੜਨਾ ਸੀ ਗੁਰੂ ਦੇ ਸ਼ਬਦ ਵੱਲ ਜਾਣਾ ਸੀ ਗੁਰੂ ਦੇ ਸ਼ਬਦ ਵੱਲ ਮਿਲਣਾ ਸੀ ਪਰਮਾਤਮਾ ਨੂੰ ਗੁਰੂ ਦੇ ਸ਼ਬਦ ਦੀ ਰਾਹੀ ਤੇ ਜਦੋਂ ਪਰਮਾਤਮਾ ਨਾਲ ਮਿਲਾਪ ਹੋ ਗਿਆ ਫਿਰ ਸਾਰੀਆਂ ਰिदियां ਸਦੀਆਂ ਨੇ ਜਿਹੜੀਆਂ ਉਹ ਤਾਂ ਆਪ ਹੀ ਪਿੱਛੇ ਆਈ ਜਾਣੀਆਂ ਸੀ ਤੇ ਜਦੋਂ ਪਰਮਾਤਮਾ ਨਾਲ ਮਿਲਾਪ ਹੋ ਗਿਆ ਗੁਰੂ ਦੇ ਸ਼ਬਦ ਦੀ ਸਮਝ ਲੱਗ ਗਈ ਤੇ ਗੁਰੂ ਦੇ ਦੱਸੇ ਰਸਤੇ ਤੇ ਚੱਲਣ ਲੱਗ ਪਏ ਫਿਰ ਜੋ ਵੀ ਕਰਾਂਗੇ ਉਹ ਪ੍ਰਵਾਨ ਹੋਏਗਾ ਕਿਉਂਕਿ ਜੋ ਕਰਾਂਗੇ ਉਹ ਗੁਰੂ ਦੇ ਦੱਸੇ ਰਸਤੇ ਤੇ ਹੋਏਗਾ ਤੇ ਐਸਾ ਕੀਤਾ ਫਿਰ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲ ਹੁੰਦਾ ਹੈ ਸਾਡੇ ਆਪਣੇ ਜੀਵਨ ਦੇ ਵਿੱਚ ਸਾਨੂੰ ਸੁਖ ਮਿਲਦਾ ਹੈ ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੇ ਗੁਰਸਿੱਖ ਜਿਹੜੇ ਨੇ ਉਹ ਆਪਣੀ ਜੀਵਨ ਦੀ ਅਸਲ ਤੋੜ ਨੂੰ ਸਮਝ ਲੈਂਦੇ ਨੇ ਤੇ ਗੁਰੂ ਦੇ ਦੱਸੇ ਰਸਤੇ ਤੇ ਚੱਲਦੇ ਨੇ ਐਸੇ ਗੁਰਸਿੱਖਾਂ ਦੀ ਸੰਗਤ ਕਰੀਏ ਉਹਨਾਂ ਤੋਂ ਗੁਰੂ ਦੀ ਗੱਲ ਸੁਣੀਏ ਪ੍ਰਮਾਤਮਾ ਦੀ ਸਿਫਤ ਸਲਾਹ ਸੁਣੀਏ ਤੇ ਆਪਣਾ ਜੀਵਨ ਜਿਹੜਾ ਹੈ ਉਹ ਸਫਲਾ ਬਣਾਈਏ